ਜਿਸ ਤਰੀਕੇ ਦੇ ਨਾਲ ਦੇਖਿਆ ਜਾਂਦਾ ਕਿ ਅੱਜ ਦੇ ਸਮੇਂ ਦੇ ਵਿੱਚ ਮਾਂ ਨੂੰ ਮਾਂ ਵੀ ਨਹੀਂ ਸਮਝਦਾ ਕੋਈ, ਕਿ ਆਪਣੀ ਮਾਂ ਨੂੰ ਇਹ ਛੱਡ ਕੇ ਮਾਂ ਬਾਪ ਨੂੰ ਛੱਡ ਕੇ ਬਾਹਰ ਚਲੇ ਜਾਂਦੇ ਪੈਸਿਆਂ ਪਿੱਛੇ। ਅਤੇ ਜ਼ਮੀਨ ਤਾਂ ਸ਼ੁਰੂ ਤੋਂ ਹੀ ਕਿਹਾ ਜਾਂਦਾ ਧਰਤੀ ਸਾਡੀ ਮਾਂ ਹੈ, ਪਰ ਉਸੇ ਨੂੰ ਅੱਜ ਵੇਚ ਕੇ ਸਾਰਾ ਕੁਝ ਛੱਡ ਕੇ ਬੱਚੇ ਨੌਜਵਾਨੀ ਬਾਹਰ ਜਾ ਰਹੀ ਹੈ ਅਤੇ ਬਾਹਰ ਪ੍ਰਵਾਸੀ ਆ ਕੇ ਅੱਜ ਆਪਣੇ 'ਤੇ ਰਾਜ ਕਰ ਰਹੇ ਨੇ, ਜ਼ਮੀਨਾਂ ਵਾਹ ਰਹੇ ਨੇ। ਅਤੇ ਤੁਸੀਂ ਜਵਾਨੀ ਨੂੰ ਕੀ ਕਹੋਗੇ ਅਤੇ ਮੈਸੇਜ ਸੋਹੀ ਸਾਹਿਬ ਤੁਹਾਡਾ ਕੀ ਰਹੇਗਾ ਨੌਜਵਾਨਾਂ ਨੂੰ? ਇਹ ਹੁਣ ਮੈਂ ਕਰੋਨਾ ਵੇਲੇ ਤੋਂ ਮੈਂ ਪਿੰਡ ਰਹਿ ਰਿਹਾ, ਬਹੁਤ ਸਾਲਾਂ ਬਾਅਦ ਪਿੰਡਾਂ 'ਚ ਪਿੰਡਾਂ ਦੀਆਂ ਫਿਰਨੀਆਂ ਤੋਂ ਪੰਜ ਪੰਜ ਛੇ ਛੇ ਫੁੱਟ ਉੱਚੇ ਘਰ ਭਰਤੀਆਂ ਪਾ ਕੇ ਉੱਚੇ ਚੱਕੇ ਕੋਠੀਆਂ ਵਰਗੇ ਘਰ ਜੱਟਾਂ ਨੇ ਬਣਾ ਲਏ, ਪੁੱਤ ਬਾਹਰ ਭੇਜਤੇ, ਉਹਨਾਂ ਕੋਠੀਆਂ 'ਚ ਰਹੂਗਾ ਕੌਣ? ਬੜੀ ਵੱਡੀ ਸਮੱਸਿਆ ਹੈ। ਮਾਪੇ ਬਹੁਤਿਆਂ ਬਹੁਤਿਆਂ ਮੁੰਡਿਆਂ ਦੇ ਮਾਪੇ ਕੁੜੀਆਂ ਦੇ ਮਾਪੇ ਇਸ ਗੱਲੋਂ ਦੁਖੀ ਨੇ ਕਿ ਅਸੀਂ ਗਲਤੀ ਕਰ ਲਈ। ਥੋੜ੍ਹੇ ਸਾਲ ਚਾਅ ਰਹਿੰਦਾ, ਪਰ ਜਦੋਂ ਉੱਥੋਂ ਪੁੱਤ ਦੀਆਂ ਤਕਲੀਫਾਂ ਹੌਲੀ ਹੌਲੀ ਆਉਂਦੀਆਂ ਕੰਨਾਂ 'ਚ ਪੈਂਦੀਆਂ ਨੇ, ਆਪਣੀ ਔਲਾਦ ਨੂੰ ਉੱਥੇ ਉਹ ਮਿਹਨਤ ਕਰਦੇ ਦੇਖਦੇ ਨੇ ਜਿਹੜੀ ਇੱਥੇ ਨਹੀਂ ਕੀਤੀ, ਲਾਜ਼ਮੀ ਤੌਰ 'ਤੇ ਉਹ ਅੰਦਰੋਂ ਹਿੱਲੇ ਹੁੰਦੇ ਨੇ ਜੀ ਆਹ ਕੁਛ ਇੱਥੇ ਹੀ ਕਰ ਲੈਂਦਾ। ਇਹ ਸਵਾਲ ਉੱਠ ਰਹੇ ਨੇ ਪਿੰਡਾਂ 'ਚ। ਔਰ ਜਿਹੜੀ ਅਰਮਾਨ ਉਹਨਾਂ ਨੇ ਉਹ ਗੱਲ ਕੀਤੀ ਹੈ ਕਿ ਉੱਥੇ ਗਾਵਾਂ ਮੱਝਾਂ ਸੀ ਉਹਨਾਂ ਦੀਆਂ, ਉਹ ਆਈਸਕ੍ਰੀਮ ਸੈਟਰਡੇ ਸੰਡੇ, ਉਹ ਇੱਥੇ ਸਰਕਾਰਾਂ ਵੀ ਜ਼ੋਰ ਲਾ ਰਹੀਆਂ ਨੇ ਕਿ ਸਾਡੇ ਜਿਹੜੀ ਪਾਣੀ ਦੀ ਘਾਟ ਅੱਗੇ ਮੂੰਹ ਫਾੜੀ ਖੜੀ ਹੈ, ਡਰ ਲੱਗਦਾ ਹੈ ਕਿ ਜੇ ਕਾਲ ਪੈ ਗਿਆ ਪਾਣੀ ਨਾ ਰਿਹਾ ਕੀ ਕਰਾਂਗੇ। ਪਾਣੀ ਪਾਣੀ ਜ਼ਿੰਦਗੀ ਹੈ, ਬਾਬਾ ਨਾਨਕ ਨੇ ਵੀ ਕਿਹਾ ਪੌਣ ਪਾਣੀ, ਪੌਣ ਵੀ ਸਾਫ਼ ਸੁਥਰੀ ਤਾਂ ਹੀ ਰਹੂ ਜੇ ਬਰਸਾਤਾਂ ਹੋਣਗੀਆਂ, ਜੇ ਪਾਣੀ ਹੋ ਜ਼ਿੰਦਗੀ ਤਾਂ ਹੀ ਹੈ। ਸਾਡੀ ਬੋਡੀ ਦੇ ਵਿੱਚ ਕਿੰਨੇ ਪਰਸੈਂਟ ਪਾਣੀ ਪਾਣੀ ਹੈ, ਜ਼ਿਆਦਾ ਲਿਕਵਿਡ ਜ਼ਿਆਦਾ ਹੈ, ਤਾਂ ਉਹ ਜੇ ਪਾਣੀ ਖਤਮ ਹੋ ਗਿਆ ਸਾਡੀ ਜ਼ਿੰਦਗੀ ਖਤਮ ਹੈ। ਉਹਦੇ ਵਾਸਤੇ ਕੋਸ਼ਿਸ਼ ਇਸ ਫਿਲਮ 'ਚ ਇਹੀ ਕੀਤੀ ਹੈ ਕਿ ਥੋੜ੍ਹੀ ਜਿਹੀ ਠੇਠ ਪੰਜਾਬੀ 'ਚ ਕਹਿੰਦੇ ਆ ਸੁਰਤ ਆ ਜੇ, ਸੁਰਤ ਹਲੂਣਾ, ਫਿਲਮ ਹਲੂਣਾ ਦਊਗੀ ਕਿ ਅਸੀਂ ਬੱਚੇ ਬਾਹਰ ਕਿਉਂ ਭੇਜਦੇ। ਉੱਥੇ ਵਾਲਿਆਂ ਨੂੰ ਵੀ ਇਹ ਆਊ ਕਿ ਅਸੀਂ ਜੇ ਇੰਨਾ ਹੀ ਕੰਮ ਅਸੀਂ ਪੰਜਾਬ 'ਚ ਕਰ ਲੈਂਦੇ। ਫਿਲਮ ਦੇ ਵਿੱਚ ਇਹ ਵੀ ਗੱਲ ਹੈ ਕਿ ਪੰਜਾਬੀ ਤਰੀਕੇ ਨਾਲ ਗੋਰਿਆਂ ਤੋਂ ਵਧੀਆ ਫਸਲ, ਵਧੀਆ ਫਸਲ ਗੋਰਿਆਂ ਤੋਂ ਵੀ ਵੱਧ, ਉਹ ਬਹੁਤ ਸੋਹਣਾ ਸੀਨ ਹੈ ਕਿ ਪੰਜਾਬੀ ਕਿਤੇ ਵੀ ਮਿਹਨਤ ਕਰਦੇ ਨੇ ਆਪਣੇ ਸਟਾਈਲ ਨਾਲ ਹੀ, ਲੇਕਿਨ ਇਹ ਨਹੀਂ ਕਿ ਗੋਰਿਆਂ ਤੋਂ ਪਿੱਛੇ ਰਹਿ ਜਾਣਗੇ। ਜਿਹੜੀ ਉਪਜ ਹੈ ਪੈਦਾਵਾਰ ਹੈ ਵੱਧ ਕਰਕੇ ਦਿਖਾਉਂਦੇ ਨੇ, ਵੱਧ ਮਿਹਨਤ ਕਰਦੇ ਨੇ। ਇਸੇ ਕਰਕੇ ਮੈਂ ਸਰੀ 'ਚ ਅਸੀਂ ਪਹਿਲਾਂ ਗਏ ਸੀ, ਉੱਥੇ ਦੇਖਿਆ ਕਿ ਗੋਰਿਆਂ ਦੇ ਖੇਤਾਂ 'ਚ ਛੋਟੇ ਛੋਟੇ ਘਰ ਹੁੰਦੇ ਸੀ। ਸਾਨੂੰ ਪੰਜਾਬੀਆਂ ਨੂੰ ਵੱਡੇ ਵੱਡੇ ਘਰਾਂ 'ਚ ਰਹਿਣ ਦੀ ਆਦਤ ਹੈ, ਉੱਥੇ ਖੇਤਾਂ 'ਚ ਵੱਡੇ ਵੱਡੇ ਫਾਰਮ ਹਾਊਸਿਸ ਬਣਾਏ ਨੇ, ਕਾਮਯਾਬ ਵੀ ਹੋਇਆ ਉਹਦੇ 'ਚ। ਪਹਿਲੀਆਂ ਜਿਹੜੀਆਂ ਪੀੜ੍ਹੀਆਂ ਗਈਆਂ ਸੀ, ਇੱਕ ਪੀੜ੍ਹੀ ਤਾਂ ਇਹ ਹਰਜਾਨਾ ਦਿੰਦੀ ਦਿੰਦੀ ਹੈ, ਉਹਨੂੰ ਖੜ੍ਹੇ ਹੋਣ ਨੂੰ, ਆਪਣੇ ਘਰ ਬਣਾਉਣ ਨੂੰ, ਆਪਣੇ ਜਿਹੜੇ ਲੋਨ ਲੈਂਦੇ ਨੇ ਉਹਨਾਂ ਦੇ ਪੈਸੇ ਵਾਪਸ ਕਰਨ ਨੂੰ, ਇੱਕ ਪੂਰੀ ਇੱਕ ਪੀੜ੍ਹੀ ਉਹਦੇ 'ਚ ਖਪਤ ਹੋ ਜਾਂਦੀ ਹੈ। ਸੋ ਉਹਦੇ ਤੋਂ ਬਚਣ ਵਾਸਤੇ
ਕੋਸ਼ਿਸ਼ ਇਹ ਚਾਹੀਦੀ ਹੈ ਕਿ ਐਜੂਕੇਟਡ ਬੱਚੇ ਬਾਹਰ ਜਾਣ, ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਨੌਕਰੀਆਂ ਵੀ ਅੱਛੀਆਂ ਮਿਲਦੀਆਂ, ਇੱਜ਼ਤ ਮਿਲਦੀ ਹੈ, ਜਿਹੜੇ ਘੱਟ ਪੜ੍ਹੇ ਲਿਖੇ 10+2 ਭੱਜ ਲਓ ਬਾਹਰ ਨੂੰ, ਉਹਨਾਂ ਦਾ ਹਾਲ ਬਹੁਤ ਮਾੜਾ ਹੁੰਦਾ। ਸੋ ਬਾਹਰ ਜਾਣ ਦੇ ਮੈਂ ਕੋਈ ਇਹ ਨਹੀਂ ਕਿ ਸਾਡੀ ਫਿਲਮ ਅਗੇਂਸਟ ਹੈ, ਪਰ ਬਿਨਾਂ ਪੜ੍ਹਾਈਆਂ ਤੋਂ ਤੁਰ ਜਾਣਾ, ਉਹ ਜਿਹੜੇ ਟੱਕਾਂ ਵਾਲੇ ਮੁੰਡੇ ਨੇ ਉਹਨਾਂ ਦਾ ਹਾਲ ਪੁੱਛ ਕੇ ਦੇਖਣਾ ਚਾਹੀਦਾ। ਕਈ ਵਾਰੀ ਉੱਥੋਂ ਕਈ ਮੁੰਡਿਆਂ ਦੇ ਫੈਨ ਦੇ ਫੋਨ ਆਉਂਦੇ ਨੇ, ਉਹ ਵਿਚਾਰੇ ਚਾਹ ਦੇ ਵਿੱਚ ਉਹ ਵਟਸਐਪ 'ਤੇ ਫੋਨ ਕਰਨਗੇ, ਫੋਨ ਕਰਕੇ ਓਏ ਉਹ ਦੇਖ 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 ਉਹਨਾਂ ਨੂੰ ਦੇਖੀਦਾ ਉੱਥੇ ਥੱਲੇ ਬੇਸਮੈਂਟ 'ਚ 2-4 ਗਦੈਲੇ ਸਿੱਟ ਕੇ ਉਹਦੇ ਉੱਥੇ 5-5, 7-7, 8-8 ਮੁੰਡੇ, ਕੁੜੀਆਂ ਵੀ ਐਂ ਪਈਆਂ ਹੁੰਦੀਆਂ ਨੇ, ਉਦੋਂ ਬੜਾ ਤਰਸ ਆਉਂਦਾ ਵੀ ਬੇਵਕੂਫੋ ਕਿਉਂ ਕਿਉਂ ਅਜੇ ਵੀ ਤੁਸੀਂ ਇੱਥੇ ਨੂੰ ਮਾਪਿਆਂ ਨੂੰ ਝੂਠ ਬੋਲ ਬੋਲ ਕੇ, ਨਹੀਂ ਮੈਂ ਚੱਕੀ ਜਾਂਦਾ ਫੱਟੇ ਜੀ, ਮੈਂ ਆਹ ਕਰੀ ਜਾਂਦਾ ਉਹ ਕਰੀ ਜਾਂਦਾ, ਲੇਕਿਨ ਉਹ ਜ਼ਿੰਦਗੀ ਬਹੁਤ ਬਹੁਤ ਟਫ ਹੈ ਜੋ ਜਿਉਂ ਰਹੇ ਨੇ ਬੱਚੇ ਸਾਡੇ, ਉਹ ਸਿੱਖਿਆ ਇਹ ਫਿਲਮ ਦਊਗੀ। ਔਰ ਉਮੀਦ ਕਰਦਾ ਕਿ ਜਦੋਂ ਫਿਲਮ ਦੇਖਣਗੇ, ਮੈਂ ਆਹ ਹੁਣੇ ਆ ਫਿਲਮ ਕੀਤੀ ਹੈ ਅਰਦਾਸ ਸਰਬੱਤ ਦੇ ਭਲੇ ਦੀ, ਉਹਦੇ 'ਚ ਲੋਕਾਂ ਨੇ ਉੱਠ ਕੇ ਤਾੜੀਆਂ ਮਾਰੀਆਂ, ਉਹ ਲੋਕਾਂ ਨੇ ਕਈਆਂ ਨੇ ਆਪਣੀਆਂ ਗਲਤੀਆਂ ਕਬੂਲੀਆਂ ਨੇ, ਇਹ ਫਿਲਮ 'ਚ ਵੀ ਇਹ ਮਤਲਬ ਬੜਾ ਸੋਹਣਾ ਮੋੜ ਲਿਆ ਪੰਜਾਬੀ ਸਿਨੇਮੇ ਨੇ। ਇਹ ਫਿਲਮ 'ਚ ਵੀ ਜਿਹੜੀ ਮਤ ਦੇ ਦਊਗਾ ਨਾ ਇਹ ਸਬਜੈਕਟ, ਉਹ 'ਚ ਲੋਕ ਆਪਣੀਆਂ ਗਲਤੀਆਂ ਨੂੰ ਕਬੂਲਣਗੇ, ਕਹਿਣਗੇ ਹਾਂ ਆਹ ਗਲਤੀ ਹੋਈ ਸੀ, ਗਲਤੀ ਕਬੂਲਣਗੇ ਤਾਂ ਮੋੜਾ ਪਾਉਣਗੇ, ਆਪਣੇ ਆਪਣੇ ਕਾਰੋਬਾਰ ਕਿਵੇਂ ਠੀਕ ਢੰਗ ਨਾਲ ਕੀਤੇ ਜਾ ਸਕਦੇ ਨੇ, ਕਿਵੇਂ ਜ਼ਿੰਦਗੀ ਸੁਖਾਲੀ ਕੀਤੀ ਜਾ ਸਕਦੀ ਹੈ, ਕਿਵੇਂ ਇੱਥੋਂ ਦੇ ਮਾਪਿਆਂ ਦਾ ਖਿਆਲ ਰੱਖਿਆ ਜਾ ਸਕਦਾ ਹੈ, ਉਹ ਘਰਾਂ 'ਚ ਬੈਠੇ ਸੁੰਨੀਆਂ ਕੰਧਾਂ ਸੁੰਨੇ ਘਰ ਦੇਖ ਕੇ ਵੱਡੇ ਵੱਡੇ ਘਰ ਬਣਾ ਲਏ, ਉਹ ਤਾਂ ਸਫਾਈਆਂ ਵੀ ਨਹੀਂ ਹੁੰਦੀਆਂ, ਤਾਂ ਉਹ ਉਹਨਾਂ ਨੂੰ ਦੇਖ ਦੇਖ ਕੇ ਉਹਨਾਂ ਨੂੰ ਰੋਣਾ ਆਉਂਦਾ, ਉਹ ਉਹਨਾਂ ਦੇ ਜੇ ਹੰਝੂਆਂ ਦਾ ਮੁੱਲ ਪਾਉਣਗੇ ਸਾਡੀ ਜਨਰੇਸ਼ਨ ਲਾਜ਼ਮੀ ਆ, ਇੱਥੇ ਵਾਲੀ ਤਾਂ ਘੱਟੋ ਘੱਟ ਥੋੜ੍ਹਾ ਹੋਰ ਸੋਚੂ, ਸੋਚਣਾ ਸ਼ੁਰੂ ਕਰਤਾ ਹੈ, ਹੋਰ ਸੋਚੂ ਕਿ ਨਹੀਂ ਬਾਹਰ ਨਹੀਂ ਜਾਣਾ। ਮੈਂ ਮੇਰੇ ਭਤੀਜੇ ਦੀ ਗੱਲ ਕਰਦਾ, ਉਹ ਬੜਾ ਠੇੜ ਪੰਜਾਬੀ 'ਚ ਕਹਿੰਦੇ ਪੂੰਛ ਚੱਕੀ ਫਿਰਦਾ ਜੀ, ਮੈਂ ਆਸਟ੍ਰੇਲੀਆ ਜਾਣਾ। ਮੇਰੀ ਭਤੀਜੀ, ਉਹਦੀ ਸਿਸਟਰ ਆਸਟ੍ਰੇਲੀਆ ਰਹਿੰਦੀ ਹੈ, ਵੈਲ ਸੈਟਲਡ ਹੈ, ਪਰ ਉੱਥੇ ਇੱਕ ਗੇੜਾ ਜਿਹਾ ਲਾ ਕੇ ਉਹਨੂੰ ਉੱਤਾ ਜੀ, ਇੰਨਾ ਕੰਮ ਦਿਨ ਰਾਤ ਕੰਮ ਹੀ ਕਰੀ ਜਾਓ, ਇੰਨੀ ਔਖੀ ਜ਼ਿੰਦਗੀ ਹੈ, ਉਹਨੇ ਹੱਥ ਖੜੇ ਕਰਤੇ ਕਿ ਮੈਂ ਨਹੀਂ ਜਾਣਾ ਉੱਥੇ, ਇੱਥੇ ਹੀ ਬਹੁਤ ਕੁਛ ਹੈ, ਮਿਹਨਤ ਕਰਦਾ, ਖੇਤੀ ਕਰਦਾ ਵਧੀਆ ਡੱਟ ਕੇ, ਉਹਦੇ ਕੋਲ ਇੱਥੇ ਸਾਰੀਆਂ ਸੁਵਿਧਾਵਾਂ ਨੇ, ਲੇਕਿਨ ਇੱਕ ਉਹ ਪਾਗਲਪਣ ਦਿਮਾਗ ਨੂੰ ਚੜਿਆ ਰਹਿੰਦਾ ਕਿ ਉੱਥੇ ਜਾ ਕੇ ਪਤਾ ਨਹੀਂ ਕੀ ਕਰਾਂਗੇ। ਉਦੋਂ ਇਸ ਤਰ੍ਹਾਂ ਦੇ ਜਿਹੜੇ ਉਹ ਵਿਚਾਰਾਂ ਨੂੰ ਮੋੜਾ ਦੇਣਾ ਆਪਣੇ ਆਪ ਨੂੰ, ਉਹ ਸ਼ੁਰੂ ਹੋਇਆ ਵਾ, ਪਰ ਆਹ ਫਿਲਮ ਹੋਰ ਉਹਦੇ 'ਚ ਆਪਣਾ ਹਿੱਸਾ ਪਾਊਗੀ, ਇਹ ਮੈਨੂੰ ਪੱਕਾ ਯਕੀਨ ਹੈ। ਔਰ ਤੁਸੀਂ ਇਹ ਸਾਡਾ ਜਿਹੜਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ 'ਚ ਮਦਦਗਾਰ ਸਾਬਤ ਹੋਵੋਗੇ, ਇਹ ਵੀ ਮੈਨੂੰ ਤੁਹਾਡੇ ਤੋਂ ਪੂਰਾ ਭਰੋਸਾ ਹੈ। ਬਹੁਤ ਬਹੁਤ ਧੰਨਵਾਦ ਜੀ। ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 Wood ਅਤੇ ਬੈੱਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।